ਜੈਨ ਖਾਨੀਆਂ ਫੌਜਾਂ ਨੇ ਸੱਤਰ ਵਸਾ ਕੇ
देश की है सिंहासन मतलब जड़ा करके वो बंजा लाकर 220 मील लंबा ते 160 मील चौड़ा इलाका अपने कब्जे में करके इनु 12 मिसरा दे विच मंडिया है सिंहपुरिया मिसर दे से जड़े इलाके आए ने वो सात बनमोड़ मनौली कनौली भरतगढ़ कंदोला चुन्नी मछली पंगा बेला अटलगढ़ आदमपुर अते अमोर आदे इलाके दे उते सिंहपुरिया मिसर ने पक्के तौर ते उते कब्जा कर लिया। इस जंग तो बाद नवाब कपूर सिंह का काल चलाना कर गए जिथे सरदार सुहाग सिंह जी लंबा समा देश कौम की पंथ की सेवा करते हुए Oh!
ਪਾਕਿਸਤਾਨ ਸਿੰਘ ਜੀ ਸਾਹਿਬ ਸ਼ਹੀਦ ਹੁੰਦੇ ਨੇ ਜ਼ਖਮੀ ਹੋ ਕੇ ਮੇਰੀ ਕੌਮ ਸ਼ਹੀਦਾਂ ਦੀ ਫੁਲਵਾੜੀ ਸਦਾ ਗੀਤ ਸ਼ਹੀਦਾਂ ਦੇ ਗਾਉਂਦੀ ਏ ਕਰ ਕਰ ਯਾਦ ਸ਼ਹੀਦਾਂ ਦੇ ਕਾਰਨਾਮੇ ਮੋਈਆਂ ਕੌਮਾਂ ਵਿੱਚ ਜ਼ਿੰਦਗੀ ਆਉਂਦੀ ਏ ਬਲਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਬੇਨਤੀ ਕਰਾਂਗੇ ਪ੍ਰਬੰਧਕ ਸਾਹਿਬਾਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਾਂਗੇ ਕਿ ਸਾਰੇ ਹੀ ਢਾਡੀਆਂ ਨੂੰ ਨਿਵਾਜਿਆ ਜਾਣਾ ਹੈ ਸਾਰੇ ਹੀ ਢਾਡੀਆਂ ਨੇ ਆਪਣਾ ਮਾਨ ਸਨਮਾਨ ਲੈ ਕੇ ਜਾਣ ਦੀ ਕਿਰਪਾਲਤਾ ਕਰਨੀ ਹੈ ਸਾਰੇ ਹੀ ਢਾਡੀਆਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਪਰਫਾਰਮ ਕੀਤਾ ਸਟੇਜ ਦੇ ਉੱਤੇ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਪ੍ਰਬੰਧਕ ਗੱਡਾਨਾ ਵੱਲੋਂ ਜਦੋਂ ਅਖਾੜੇ ਦੇ ਵਿੱਚ ਮਤਲਬ ਸਤਿਗੁਰੂ ਪਾਤਸ਼ਾਹ ਕਿਰਪਾ ਕਰੇ ਅਸੀਂ ਵੀ ਉਸ ਪੋਜੀਸ਼ਨ ਵਿੱਚ ਆ ਸਕੀਏ ਸੋ ਮੇਰੇ ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਸਾਹਿਬ ਸਰਦਾਰ ਕਿਰਪਾਲ ਸਿੰਘ ਸਾਹਿਬ ਜੀ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਾਂਗਾ ਜੋ ਉਹਨਾਂ ਦੀ ਪਾਰਖੂ ਅੱਖ ਨੇ ਪਾਰਖੂ ਨਜ਼ਰਾਂ ਨੇ ਜੋ ਵੀ ਰਿਜ਼ਲਟ ਕੱਢਿਆ ਜੋ ਵੀ ਨਤੀਜਾ ਕੱਢਿਆ ਉਹ ਸਾਰੀਆਂ ਸੰਗਤਾਂ ਦੇ ਰੂਬਰੂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹ